ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਸਾਡਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਕੋਈ ਢੇਰੀ ਢਾਈ ਬੈਠਾ ਥੋੜ੍ਹੀ ਜਿਹੀ ਚੜ੍ਹਾਈ ਦੇਖ, ਕੋਈ ਢੇਰੀ ਢਾਈ ਬੈਠਾ ਥੋੜ੍ਹੀ ਜਿਹੀ ਚੜ੍ਹਾਈ ਦੇਖ, ਕੋਈ ਉਂਗਲਾਂ ਦੇ ਪੋਟਿਆਂ ਨਾ ਚੜ੍ਹਦਾ ਪਹਾੜਾਂ ਤੇ। ਕੋਈ ਢੇਰੀ ਢਾਈ ਬੈਠਾ ਥੋੜ੍ਹੀ ਜਿਹੀ ਚੜ੍ਹਾਈ ਦੇਖ, ਕੋਈ ਉਂਗਲਾਂ ਦੇ ਪੋਟਿਆਂ ਨਾ ਚੜ੍ਹਦਾ ਪਹਾੜਾਂ ਤੇ। ਜੇ ਪੱਤਝੜ ਵਿੱਚ ਖਿੜੇ ਫੇਰ ਹੀ ਮਿਸਾਲ ਬਣੂ, ਜੇ ਪੱਤਝੜ ਵਿੱਚ ਖਿੜੇ ਫੇਰ ਹੀ ਮਿਸਾਲ ਹੋਊ, ਵੱਖ ਕੀ ਹੋਇਆ ਜੇ ਤੂੰ ਵੀ ਖਿੜਿਆ ਬਹਾਰਾਂ 'ਚ। ਫੱਕਰਾਂ ਦਾ ਮੰਜਾ ਹਾਥੀ ਤਖ਼ਤ ਤੋਂ ਮੌਜਦਾਰ, ਫੱਕਰਾਂ ਦਾ ਮੰਜਾ ਹਾਥੀ ਤਖ਼ਤ ਤੋਂ ਮੌਜਦਾਰ, ਤੇ ਸੀਸ ਨਹੀਂ ਝੁਕਾਉਂਦਾ ਉਹ ਜਾ ਕੇ ਦਰਬਾਰਾਂ ਤੇ, ਤੇ ਸੀਸ ਨਹੀਂ ਝੁਕਾਉਂਦਾ ਉਹ ਜਾ ਕੇ ਦਰਬਾਰਾਂ ਤੇ। ਦੋਸਤੋ, ਇਹ ਸੀ ਅੱਜ ਦੇ ਇਸ ਐਪੀਸੋਡ ਦੇ ਲਈ ਛੋਟੀ ਜਿਹੀ ਕੋਸ਼ਿਸ਼, ਤੇ ਆਓ ਹੁਣ ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਨਾ ਚਾਹਾਂਗਾ ਸਰਦਾਰ ਰਣਵੀਰ ਸਿੰਘ ਜੀ ਅਟਵਾਲ ਜੀ ਦਾ। ਅਟਵਾਲ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਟਵਾਲ ਸਾਹਿਬ, ਨਾਸਾ ਦਾ ਰੋਵਰ ਜਿਹੜਾ ਹੈ ਉਹ ਮਾਰਸ ਤੇ ਲੈਂਡ ਕਰ ਗਿਆ, ਤੇ ਧਰਤੀ ਦੇ ਕਿਸਾਨ ਆਪਣੀ ਲੈਂਡ ਦੇ ਵਾਸਤੇ ਜੋ ਹੈ ਪ੍ਰੋਟੈਸਟ ਕਰ ਰਹੇ ਹੈ, ਉਹਨੂੰ ਬਚਾਉਣ ਦੀ ਖਾਤਰ ਅੰਦੋਲਨ ਕਰ ਰਹੇ ਹੈ। ਤੇ ਇੰਡੀਆ ਦੇ ਵਿੱਚ ਜਿਹੜਾ ਵਪਾਰੀ ਵਰਗ ਪਹਿਲਾਂ ਉਨਾ ਐਕਟਿਵ ਨਹੀਂ ਸੀਗਾ, ਨਹੀਂ ਖੁੱਲ੍ਹ ਕੇ ਬੋਲ ਰਿਹਾ ਸੀ ਤੇ ਬਾਹਰ ਆ ਰਿਹਾ ਸੀ, ਉਹ ਵੀ ਹੁਣ ਖੁੱਲ੍ਹ ਕੇ ਸ਼ਰੇਆਮ ਬਾਹਰ ਆ ਰਿਹਾ, ਅੰਦੋਲਨ ਦੀ ਸਪੋਰਟ ਦੇ ਵਿੱਚ ਆ ਰਿਹਾ। ਇੰਟਰਨੈਸ਼ਨਲ ਜਿਹੜੇ ਹੋਰ ਆਰਟਿਸਟ ਹੈ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਇਹਦੀ ਸਪੋਰਟ ਦੇ ਵਿੱਚ, ਅੰਦੋਲਨ ਦੀ। ਤੇ ਜੇ ਅਸੀਂ ਦੇਖੀਏ ਕਿ ਨਾਲ ਦੀ ਨਾਲ ਕੁਛ ਨੌਜਵਾਨਾਂ ਦੀ ਕਿਸਾਨ ਆਗੂਆਂ ਦੇ ਪ੍ਰਤੀ ਕਹਿ ਲਓ ਨਾਰਾਜ਼ਗੀ ਵੀ ਨਾਲ ਦੀ ਨਾਲ, ਗਿਲੇ ਸ਼ਿਕਵੇ ਵੀ ਨਾਲ ਦੀ ਨਾਲ ਚੱਲ ਰਹੇ ਹੈ। ਓਵਰਆਲ ਦੇਖੀਏ ਤਾਂ ਇੰਡੀਆ ਦੇ ਵਿੱਚ ਮੌਸਮ ਜੋ ਹੈ ਉਹ ਬਦਲ ਰਿਹਾ, ਸਰਦੀ ਤੋਂ ਗਰਮੀ ਵੱਲ ਨੂੰ ਵੱਧ ਰਿਹਾ, ਤੇ ਤੁਹਾਨੂੰ ਲੱਗਦਾ ਆ ਕਿ ਉਸ ਮੌਸਮ ਦੇ ਵਾਂਗੂ ਹੀ ਅੰਦੋਲਨ ਵੀ ਗਰਮ ਹੋ ਰਿਹਾ? ਥੈਂਕ ਯੂ ਬੱਬਲ ਸਾਹਿਬ। ਜਿਹੜਾ ਤੁਸੀਂ ਢੇਰੀ ਇੱਕ ਪਾਸੇ ਢੇਰੀ ਢਾਉਣ ਵਾਲਾ ਕੰਮ ਦੱਸਿਆ, ਦੂਸਰੇ ਪਾਸੇ ਪੌਡਿਆਂ ਨਾਲ ਪਹਾੜ ਚੜ੍ਹਨੇ ਵਾਲਾ ਕੰਮ ਦੱਸਿਆ, ਇਸ ਵੇਲੇ ਹਾਲਾਤ ਜੋ ਕਿਸਾਨ ਅੰਦੋਲਨ ਦੀ ਹੈ ਮਤਲਬ ਬਹੁਤ ਹੀ ਨਾਜ਼ੁਕ ਸਥਿਤੀ ਦੇ ਵਿੱਚ ਹੈ ਇਸ ਵੇਲੇ ਜੀ। ਤੇ ਜਿਸ ਤਰ੍ਹਾਂ ਇਹ ਹੁਕਮਰਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਨੇ, ਕਿਸ ਤਰ੍ਹਾਂ ਇੱਕ ਐਡੇ ਬੜੇ ਅੰਦੋਲਨ ਨੂੰ ਇਹਦੇ 'ਚੋਂ ਇੱਕ ਸੱਚ ਦਾ ਸੁਨੇਹਾ ਲੈਣ ਦੀ ਬਜਾਏ ਉਹਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਮਨ ਨੂੰ ਦੁੱਖ ਹੁੰਦਾ ਸਾਰੇ ਹਾਲਾਤ ਦੇਖ ਕੇ। ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਕਿ ਨਾਸਾ ਦੀ ਐਡੀ ਬੜੀ ਤਰੱਕੀ ਕਿ ਅਸੀਂ ਹੋਰ ਕਿੱਥੇ ਪਹੁੰਚਣ ਦੀਆਂ ਤਿਆਰੀਆਂ ਕਰ ਰਹੀਆਂ, ਚੰਦ ਸੂਰਜ 'ਤੇ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਹਾਂ ਜੀ। ਅਤੇ ਇੱਕ ਪਾਸੇ ਅੰਦੋਲਨ ਹੈ ਜਿਹੜਾ ਕਿ ਇੱਕ ਆਮ ਇਨਸਾਨ ਦੇ ਹੱਕਾਂ ਵਾਸਤੇ ਕਿ ਐਟਲੀਸਟ ਜਿਹੜਾ ਇਨਸਾਨ ਇੰਨੀ ਮਿਹਨਤ ਕਰਦਾ, ਦਿਨ ਰਾਤ ਮਿਹਨਤ ਕਰਦਾ ਕਿ ਉਹਦਾ ਹੱਕ ਬਣਦਾ ਕਿ ਉਹ ਆਰਾਮ ਦੀ ਜ਼ਿੰਦਗੀ ਜੀ ਸਕੇ ਜੀ। ਸੋ ਅੰਦੋਲਨ ਇਸ ਵੇਲੇ ਬਹੁਤ ਹੀ ਨਾਜ਼ੁਕ ਮੋੜ 'ਤੇ ਹੈ, ਅਤੇ ਸਭ ਤੋਂ ਵੱਡਾ ਜੋ ਇਸ ਵੇਲੇ ਕਮੀ ਮਹਿਸੂਸ ਹੋ ਰਹੀ ਹੈ ਕਿ ਜੋ ਲੀਡਰਸ਼ਿਪ ਵੈਕਿਊਮ ਕ੍ਰੀਏਟ ਹੋ ਰਿਹਾ, ਖਾਸ ਕਰਕੇ ਅਸੀਂ ਜੇ ਆਪਣਾ ਸਿੱਖ ਕੌਮ ਦੀ ਗੱਲ ਕਰੀਏ, ਜੋ ਪੰਜਾਬ ਦੀ ਗੱਲ ਕਰੀਏ, ਜੋ ਸਿੱਖਾਂ ਦਾ ਯੋਗਦਾਨ ਇਹਦੇ ਵਿੱਚ ਰਿਹਾ ਜੀ, ਬੜਾ ਲੀਡਿੰਗ ਰੋਲ ਪਲੇ ਕਰਨ ਤੋਂ ਬਾਅਦ ਸਰਕਾਰਾਂ ਦੀਆਂ ਚਾਲਾਂ ਦੇ ਵਿੱਚ ਇੱਕ ਬਹੁਤ ਹੀ ਘਿਨੌਣੀ ਜਿਹੀ ਨਫ਼ਰਤ ਜਿਹੇ ਮਾਹੌਲ ਦੇ ਵਿੱਚ ਫਸਾ ਦਿੱਤਾ ਗਿਆ ਸਾਰੇ ਅੰਦੋਲਨ ਨੂੰ ਜੀ। ਇਸ ਵੇਲੇ ਹਰ ਇੱਕ ਸਿੱਖ ਦਾ ਆਈ ਥਿੰਕ, ਮੈਂ ਤਾਂ ਕਹਾਂਗਾ ਕਿ ਜਿਸ ਜਿੱਥੇ ਵੀ ਜਿਸ ਦੁਨੀਆਂ ਦੇ ਜਿਸ ਕੋਨੇ 'ਚ ਵੀ ਸਿੱਖ ਵੱਸ ਰਿਹਾ, ਉਹਨਾਂ ਨੂੰ ਆਪਣੇ ਨਿੱਜੀ ਵਿਤਕਰੇ ਬਿਲਕੁਲ ਭੁਲਾ ਕੇ ਇਸ ਵੇਲੇ ਇੱਕਜੁੱਟ ਹੋ ਕੇ, ਪੂਰੀ ਦੁਨੀਆਂ ਦੇ ਸਿੱਖਾਂ ਨੂੰ ਇੱਕਜੁੱਟ ਹੋ ਕੇ, ਇਹਦੇ ਵਿੱਚੋਂ ਜੋ ਸਿੱਖਾਂ ਦੇ ਉੱਤੇ ਇੱਕ ਇੱਕ ਤਰ੍ਹਾਂ ਦਾ ਜੋ ਇਹਨਾਂ ਦੀ ਇਮੇਜ, ਇੱਕ ਗਲਤ ਇਮੇਜ ਪੇਂਟ ਕੀਤੀ ਜਾ ਰਹੀ ਹੈ ਜੀ, ਇਹ ਅਨਪੜ੍ਹ ਲੋਕ ਨੇ ਅਤੇ ਜੀ ਇਹ ਤੇ ਵੱਖਵਾਦੀ ਨੇ, ਪੱਖਵਾਦੀ ਨੇ, ਕ੍ਰਿਮੀਨਲ ਨੇ, ਟੈਰਰਿਸਟ ਨੇ, ਹੈ ਨਾ ਜੀ। ਇਹ ਬਹੁਤ ਹੀ ਇੱਕ ਮੰਦਭਾਗਾ ਟਾਈਮ ਹੈ ਕਿ ਜਿੱਥੇ ਕਿ ਇੱਕ ਸਿੱਖ ਦਾ ਅਸਲੀ ਕਿਰਦਾਰ ਨੂੰ ਜਾਣਦੇ ਹੋਏ ਵੀ ਅੱਖੋਂ ਓਹਲੇ ਕੀਤਾ ਜਾ ਰਿਹਾ ਜੀ, ਜਾਣਦੇ ਹੋਏ ਵੀ ਕਿ ਸਿੱਖ ਇੱਕ ਬਹੁਤ ਹੀ ਇਮਾਨਦਾਰ, ਮਿਹਨਤੀ, ਅਮਨ ਪਸੰਦ, ਇਨਸਾਫ ਪਸੰਦ, ਇੱਕ ਬਹੁਤ ਵੱਡਾ ਤਿਆਗੀ, ਵੈਰਾਗੀ, ਇੱਕ ਬਹੁਤ ਹੀ ਵੱਡੀ
ਧਾਰਮਿਕ ਸ਼ਖਸੀਅਤ ਵਾਲਾ ਇੱਕ ਕੈਰੈਕਟਰ ਹੈ ਜੀ। ਇਹ ਚੀਜ਼ਾਂ ਸਭ ਜਾਣਦੇ ਹੋਏ ਵੀ, ਇਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਹੋਏ ਵੀ, ਜਿਹੜੀਆਂ ਇੱਕ ਮੈਂ ਕਹਿੰਦਾ ਇੱਕ ਬਹੁਤ ਹੀ ਘਟੀਆ ਕਿਸਮ ਦਾ ਜਿਹੜਾ ਰਵੱਈਆ ਸਰਕਾਰਾਂ ਅਪਣਾ ਰਹੀਆਂ, ਇਹਦੇ ਖਿਲਾਫ ਲੜਨ ਵਾਸਤੇ ਸਾਡਾ ਸਾਰਿਆਂ ਦਾ ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਜੀ। ਅਤੇ ਬਾਕੀ ਤੁਸੀਂ ਤਰੱਕੀ ਦੀ ਗੱਲ ਕੀਤੀ ਹੈ, ਨਾਸਾ 'ਤੇ ਕਿਤੇ ਵੀ ਪਹੁੰਚ ਜਾਵੇ ਕਿ ਸਾਡਾ ਜਿਹੜਾ ਜੋ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਹੈ, ਗੁਰੂ ਨਾਨਕ ਦੇਵ ਜੀ ਦੀ ਅਤੇ ਆਪਣਾ ਗੁਰਸਿੱਖੀ ਦਾ ਫਲਸਫਾ ਤਾਂ ਇਹ ਹੀ ਹੈ ਕਿ ਜੋ ਜੀ ਆਵੇ ਸੋ ਰਾਜੀ ਜਾਵੇ ਜੀ। ਅਤੇ ਇਹਦੇ ਵਿੱਚ ਆਈ ਥਿੰਕ ਇਹੋ ਹੀ ਪੱਖ ਸਾਨੂੰ ਅੱਗੇ ਰੱਖਣਾ ਚਾਹੀਦਾ ਕਿ ਇਸ ਦੁਨੀਆ ਦੇ ਵਿੱਚ ਸਾਰੇ ਕੰਟਰੀਜ਼, ਸਾਰੇ ਔਰਗਨਾਈਜੇਸ਼ਨਸ, ਜਿਹੜੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਆ, ਜੇ ਉਹ ਚਾਹੁਣ ਮੈਂ ਕਹਿੰਦਾ ਇੱਕ ਹਫ਼ਤੇ ਦੇ ਅੰਦਰ ਪੂਰੀ ਦੁਨੀਆ ਦੇ ਵਿੱਚ ਉਹ ਗਰੀਬੀ ਖਤਮ ਹੋ ਸਕਦੀ ਹੈ ਜੀ। ਅਤੇ ਹੋਣੀ ਵੀ ਚਾਹੀਦੀ ਹੈ, ਕਿਉਂ ਨਹੀਂ ਹੋ ਰਹੀ ਇਹ? ਅਸੀਂ ਕਿਉਂਕਿ ਅਸੀਂ ਹਮੇਸ਼ਾ ਚਲੋ ਸਾਨੂੰ ਕੀ ਹੈ ਨਾ, ਆਪਣਾ ਜਿਹੜਾ ਦੂਸਰੇ ਦੇ ਦੁੱਖਾਂ ਨੂੰ ਅਸੀਂ ਆਪਣਾ ਦੁੱਖ ਨਹੀਂ ਸਮਝਦੇ ਜੀ। ਜਦੋਂ ਅਸੀਂ ਪਰਾਈ ਪੀੜ ਨੂੰ ਆਪਣੀ ਪੀੜ ਸਮਝ ਕੇ ਉਹਦੇ 'ਤੇ ਕੋਈ ਵੀ ਫੈਸਲਾ ਲਵਾਂਗੇ, ਅਤੇ ਇਹ ਸਮਾਜ ਇੱਕ ਇਹਦੀ ਸਿਰਜਣਾ ਇੱਕ ਇਸ ਤਰ੍ਹਾਂ ਦੀ ਵਿਲੱਖਣ ਸਿਰਜਣਾ ਹੋ ਜਾਏਗੀ ਕਿ ਜਿਹਦੇ 'ਚੋਂ ਇੱਕ ਆਨੰਦ ਦੀ ਮਹਿਕ ਆਏਗੀ ਜੀ। ਤੋ ਪੰਜਾਬ ਦੀ ਹਾਲਾਤ ਪਿੱਛੇ ਜੇ ਤੁਸੀਂ ਆਪਣੇ ਦੇਖਿਆ, ਕਲਗੀਧਰ ਟਰੱਸਟ ਦਾ ਬੜਾ ਬਹੁਤ ਵਧੀਆ ਪ੍ਰੋਗਰਾਮ ਸੀ ਵੀਕਐਂਡ 'ਤੇ, ਸੰਗਤਾਂ ਨੇ ਬੜਾ ਆਸ ਕਰਦੇ ਹਾਂ ਇੰਜੋਏ ਕੀਤਾ ਹੋਵੇਗਾ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਜੀ ਗੁਰੂ ਤੇਗ ਬਹਾਦਰ ਜੀ ਸਾਹਿਬ ਦੇ 400 ਸਾਲਾ ਸ਼ਤਾਬਦੀ ਮਨਾ ਰਹੇ ਨੇ, ਅਤੇ ਉਹਦੇ ਵਿੱਚ ਆਪਣੇ ਜਥੇਦਾਰ ਸਾਹਿਬ, ਫਤਿਹ ਸਾਹਿਬ, ਅਕਾਲ ਤਖ਼ਤ ਸਾਹਿਬ ਜਥੇਦਾਰ, ਉਹਨਾਂ ਨੇ ਆਪਣੇ ਬਹੁਤ ਵਡਮੁੱਲੇ ਵਿਚਾਰ ਰੱਖੇ। ਅੱਛਾ ਜੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਪਰਸਨੈਲਿਟੀਜ਼, ਸਰਨਾ ਸਾਹਿਬ ਤੋਂ ਲੈ ਕੇ ਮਨਜੀਤ ਸਿੰਘ ਜੀ ਕੇ ਸਿਰਸਾ ਸਾਹਿਬ, ਉਹਨੇ ਵੀ ਆਪਣਾ ਵਿਚਾਰ ਰੱਖੇ ਅਤੇ ਅੰਦੋਲਨ ਬਾਰੇ ਗੱਲ ਕੀਤੀ ਜੀ। ਇਹ ਬੜੇ ਦੁੱਖ ਦੀ ਗੱਲ ਹੈ ਕਿ ਇਹ ਜਿਹੜਾ 26 ਜਨਵਰੀ ਨੂੰ ਜੋ ਜਿਹੜਾ ਟਰਨਿੰਗ ਪੁਆਇੰਟ ਆਇਆ ਨਾ, ਇਹ ਬਹੁਤ ਇੱਕ ਮੰਦਭਾਗਾ ਹੈ ਕਿ ਉਸ ਅੰਦੋਲਨ ਦੇ ਵਿੱਚ ਅਸੀਂ ਸਾਰੇ ਜਾਣਦੇ ਹੋਏ ਵੀ ਕਿ ਸਰਕਾਰਾਂ ਨੇ ਆਪਣੇ ਨਕਲੀ ਪੁਲਿਸ ਵਿੱਚ ਵਾੜੀ, ਕਿਉਂਕਿ ਜਿਹੜੇ ਆਈ ਵਿਟਨੈਸ ਸਾਹਮਣੇ ਆ ਰਹੇ ਨੇ, ਇੱਕ ਡਾਕਟਰ ਸਾਹਿਬ ਅਮੈਰੀਕਾ ਤੋਂ ਉੱਥੇ ਕੈਂਪ 'ਚ ਗਏ ਸੇਵਾ ਕਰਨ ਜੀ, ਉਹ ਦੱਸ ਰਿਹਾ ਕਿ ਡਾਕਟਰਾਂ ਦੀ ਟੀਮ ਦੇ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ। ਪੁਲਿਸ ਡਾਕਟਰਾਂ ਦੀ ਟੀਮ ਦੇ ਉੱਤੇ ਕਿਉਂ ਲਾਠੀਚਾਰਜ ਕਰੇਗੀ ਜੀ? ਜਿਹੜੇ ਕਿ ਹਾਲੇ ਉਹ ਟ੍ਰੀਟ ਕਰ ਰਹੇ ਨੇ, ਉਹਨਾਂ ਨੂੰ ਟ੍ਰੀਟ ਕਰ ਰਹੇ ਨੇ ਜਿਹੜੇ ਕਿ ਫਾਰਮਰਸ ਇੰਜਰਡ ਹੋ ਗਏ, ਜਾਂ ਖਾਸ ਕਰਕੇ ਉਸ ਗਿਣਤੀ ਦੇ ਵਿੱਚ ਜ਼ਿਆਦਾ ਪੁਲਿਸ ਵਾਲੇ ਵੀ ਇੰਜਰਡ ਹੋਏ ਸੀ, ਉਹਨਾਂ ਨੂੰ ਵੀ ਉਹ ਟ੍ਰੀਟ ਕਰ ਰਹੇ ਸੀ ਜੀ। ਉਹਨਾਂ ਡਾਕਟਰਾਂ ਦੇ ਉੱਤੇ ਪੁਲਿਸ ਆ ਕੇ ਹਮਲਾ ਕਰਦਾ ਹੈ, ਇੱਥੇ ਤੱਕ ਹਮਲਾ ਕਰਦੇ, ਉਹਨਾਂ ਦੀਆਂ ਬਾਹਾਂ ਸਿਰ ਪਾੜਦੇ, ਬਾਹਾਂ ਤੋੜਦੇ, ਮਤਲਬ ਉਹ ਬੜਾ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਦਾ ਦੇਸ਼ ਹੈ ਉਹ ਜੀ। ਫਿਰ ਉੱਥੇ ਇਹ ਹੋਇਆ ਇਹਦੇ ਵਿੱਚ ਕਿ ਦੇਖੋ ਇਹਦੇ 'ਚ ਇੱਕ ਤਰ੍ਹਾਂ ਦੀ ਫੇਕ ਪੁਲਿਸ ਬਣਾ ਕੇ ਭੇਜੀ ਗਈ, ਫੇਕ ਫਾਰਮਰਸ ਬਣਾ ਕੇ ਭੇਜੇ ਗਏ, ਸਾਰਾ ਜੋ ਉਸ ਦਿਨ ਦਾ ਪ੍ਰੋਗਰਾਮ ਸੀ ਉਹਨੂੰ ਹਾਈਜੈਕ ਕੀਤਾ ਗਿਆ। ਇੱਕ ਲੱਖਾਂ ਦੀ ਗਿਣਤੀ ਅੰਦੋਲਨਕਾਰੀ ਜਿਸ ਰਾਹ ਦੇ ਉੱਤੇ ਉਹਨੂੰ ਲਿਜਾ ਕੇ ਕਿਲ੍ਹਾ, ਲਾਲ ਕਿਲ੍ਹੇ 'ਤੇ ਲਿਜਾ ਕੇ ਜੋ ਕੁਛ ਵੀ ਹੋਇਆ ਜੀ, ਸਾਰੇ ਜਾਣਦੇ ਨੇ ਕਿ ਉਹਨਾਂ ਦੀ ਕੋਈ ਇਹ ਇੰਟੈਂਸ਼ਨ ਨਹੀਂ ਸੀ ਕਿ ਤਿਰੰਗੇ ਦਾ ਅਪਮਾਨ ਕਰਨਾ, ਕਿਸੇ ਦਾ ਕੋਈ ਏਜੰਡਾ ਨਹੀਂ ਸੀ, ਕਿਸੇ ਦੀ ਕੋਈ ਇੰਟੈਂਸ਼ਨ ਨਹੀਂ ਸੀ, ਪਰ ਹਰ ਇੱਕ ਚੀਜ਼ ਨੂੰ ਪਹਿਲਾਂ ਤਾਂ ਉਹਨੂੰ ਦੇ ਲੈਟ ਇਟ ਹੈਪਨ ਐਂਡ ਦੈਨ ਉਹਨੂੰ ਫਿਰ ਕਿਸ ਤਰ੍ਹਾਂ ਉਹ ਮੋੜ ਘਰੋੜ ਕੇ ਇੱਕ ਅੰਦੋਲਨ ਨੂੰ ਬਦਨਾਮ ਕਰਨ, ਇੱਕ ਕੌਮ ਨੂੰ ਬਦਨਾਮ ਕਰਨ ਦੇ ਲਈ ਸਾਰੀ ਸਿਚੁਏਸ਼ਨ ਨੂੰ ਵਰਤਿਆ ਗਿਆ ਜੀ। ਹੁਣ ਇੱਥੇ ਇਸ ਤਰ੍ਹਾਂ ਦੇ ਬੜੇ ਨਾਜ਼ੁਕ ਹਾਲਤਾਂ ਦੇ ਵਿੱਚ ਜੇ ਸਾਡੀ ਲੀਡਰਸ਼ਿਪ ਬਿਲਕੁਲ ਪੂਰੀ ਤਾਕਤ ਨਾਲ ਸਾਹਮਣੇ ਨਹੀਂ ਆਉਂਦੀ, ਤੇ ਇਹ ਆਪਣਾ ਮੈਂ ਕਹਿੰਦਾ ਇੱਕ ਸਿੱਖੀ ਦੇ ਉੱਤੇ ਇਸ ਤਰ੍ਹਾਂ ਦਾ ਹੱਲਾ ਹੈ ਜੀ ਕਿ ਇਹਦਾ ਜੋ ਨੁਕਸਾਨ ਹੈ ਉਹ ਪਤਾ ਨਹੀਂ ਕਿੰਨੀਆਂ ਸਦੀਆਂ ਤੱਕ ਸਾਨੂੰ ਭੋਗਣਾ ਪਏਗਾ। ਅਸੀਂ ਭੋਗਦੇ ਆ ਰਹੇ ਹਾਂ, 47 ਤੋਂ ਆ ਰਹੇ ਹਾਂ, 47 ਦੀ ਵੰਡ ਹੋਈ, ਸਭ ਤੋਂ ਵੱਡਾ ਨੁਕਸਾਨ ਆਪਣਾ ਹੋਇਆ, ਸਿੱਖਾਂ ਦਾ ਹੋਇਆ। 84 ਦੇ ਵਿੱਚ ਇੱਕ ਪੂਰੀ ਸਟੇਟ ਮਸ਼ੀਨਰੀ ਨੂੰ ਯੂਜ਼ ਕਰਕੇ ਬੇਗੁਨਾਹ, ਬਿਲਕੁਲ ਜਿਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਸਿਰਫ ਇਸੇ ਕਰਕੇ ਉਹਨਾਂ ਦਾ ਬੜਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਿ ਉਹ ਸਿੱਖ ਸੀ ਜੀ। ਜਦੋਂ ਕਿਸੇ ਨੂੰ ਟਾਰਗੇਟ ਕੀਤਾ ਜਾਵੇ ਕਿ ਉਹ ਸਿੱਖ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਦੀ ਇਮੇਜ ਪੂਰੀ ਦੁਨੀਆ ਦੇ ਵਿੱਚ ਕ੍ਰੀਏਟ ਕੀਤੀ ਜਾ ਰਹੀ ਹੈ ਜੀ। ਸੋ ਉੱਥੇ ਅਕਾਲ ਸਾਹਿਬ ਦੇ ਜਥੇਦਾਰ ਸਾਹਿਬ ਦੇ ਜੋ 10-15 ਮਿੰਟ ਦਾ ਜਿਹੜਾ ਆਪਣਾ ਰਕਾਬਗੰਜ ਸਾਹਿਬ ਪ੍ਰੋਗਰਾਮ ਹੋ ਰਿਹਾ ਸੀ, ਉਹਨਾਂ ਦੀ ਸਪੀਚ ਬੜੀ ਵਧੀਆ ਸੀ। ਉਹਨੇ ਕਿਹਾ ਕਿ ਜਦੋਂ ਤੁਹਾਡਾ ਕਿਸੇ ਨਾਲ ਪਿਆਰ ਹੋਵੇ ਨਾ, ਤਾਂ ਤੁਸੀਂ ਉਹਨਾਂ ਦੀ ਹਰ ਇੱਕ ਨਿਸ਼ਾਨੀ ਨੂੰ ਸਾਂਭ ਕੇ ਰੱਖਦੇ ਹੋ ਜੀ। ਇਹ ਸਾਡਾ ਗੁਰੂਆਂ ਦੇ ਨਾਲ ਪਿਆਰ ਨਹੀਂ ਹੈ? ਜੇ ਪਿਆਰ ਹੈ ਤੇ ਅਸੀਂ ਪੂਰੀ ਕੌਮ ਕਿਉਂ ਨਹੀਂ ਅਸੀਂ ਕਿਸ ਸਿੱਖੀ ਸਰੂਪ ਦੇ ਵਿੱਚ ਆਉਂਦੀ? ਜੇ ਸਾਡਾ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਹੈ,
ਤੇ ਅਸੀਂ ਇਹ ਨਹੀਂ ਕਰ ਸਕਦੇ ਕਿ ਅਸੀਂ ਸਿੱਖੀ ਸਰੂਪ ਨੂੰ ਸਾਂਭ ਕੇ ਰੱਖੀਏ, ਇੱਕ ਸਿੱਖ ਹੋਣ ਦੀ ਅਸੀਂ ਸਟੇਟਮੈਂਟ ਕਰ ਸਕੀਏ ਕਿ ਹਾਂ ਜੀ ਅਸੀਂ ਸਿੱਖ ਹਾਂ, ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਹਾਂ, ਅਸੀਂ ਪਰਮਾਤਮਾ ਦੀ ਕਾਦਰ ਦੀ ਕੁਦਰਤ ਨੂੰ ਪਿਆਰ ਕਰਦੇ ਹਾਂ, ਅਸੀਂ ਇਨਸਾਫ ਨੂੰ ਪਿਆਰ ਕਰਦੇ ਹਾਂ, ਅਸੀਂ ਬਰਾਬਰਤਾ ਨੂੰ ਪਿਆਰ ਕਰਦੇ ਹਾਂ, ਅਸੀਂ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦੇ, ਅਸੀਂ ਕਿਸੇ ਨੂੰ ਰੋਂਦਾ ਨਹੀਂ ਦੇਖ ਸਕਦੇ, ਅਸੀਂ ਕਰ ਰਹੇ ਹਾਂ ਸਾਰਾ ਕੁਛ, ਇਹ ਸਾਰਾ ਕਰਦੇ ਹੋਏ ਵੀ ਅਸੀਂ ਜਿਹੜੀ ਇਹ ਵੈਲਿਊਜ਼ ਆ ਇਹਨਾਂ ਨੂੰ ਡਿਫੈਂਡ ਕਰਨ ਵਾਸਤੇ ਸਾਨੂੰ ਗੁਰੂ ਸਾਹਿਬ ਜੀ ਨੇ ਲੜਨਾ ਵੀ ਦੱਸਿਆ, ਅਸੀਂ ਲੜਦੇ ਵੀ ਹਾਂ। ਪੱਖ ਸਿਰਫ ਜੇ ਲੜਾਈ ਵਾਲਾ ਪੱਖ ਹੀ ਪੇਸ਼ ਕੀਤਾ ਜਾਵੇ ਕਿ ਜੀ ਇਹ ਤਾਂ ਜਰਾਇਮ ਪੇਸ਼ਾ ਕੌਮ ਹੈ, ਜਿਹੜਾ ਕਿ ਮੈਨੂੰ ਲੱਗਦਾ ਜਿਹੜੇ ਖਾਸ ਕਰਕੇ ਗੁਜਰਾਤ ਦੇ ਲੀਡਰਾਂ ਨੇ ਸਾਨੂੰ ਤੋਹਫ਼ਾ ਦਿੱਤਾ, ਗਾਂਧੀ ਵਰਗੇ ਨੇ ਅਤੇ ਵੱਲਭ ਭਾਈ ਪਟੇਲ ਵਰਗੇ ਨੇ ਕਿ ਜੀ ਇਹ ਤਾਂ ਜਰਾਇਮ ਪੇਸ਼ਾ ਕੌਮ ਹੈ ਜੀ, ਜਦੋਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਹਿੰਦੁਸਤਾਨ ਦੇ ਨਾਲ ਆਪਣਾ ਪਾਕਿਸਤਾਨ ਨੂੰ ਛੱਡ ਕੇ ਹਿੰਦੁਸਤਾਨ ਦੇ ਨਾਲ ਆ ਗਏ ਹਾਂ ਅਤੇ ਫਿਊਚਰ ਦੇ ਵਿੱਚ ਸਾਡੀ ਕੀ ਗਰੰਟੀ ਹੈ ਕਿ ਸਾਡੇ ਜੋ ਇੰਟਰਸਟ ਉਹਨਾਂ ਨੂੰ ਲੁੱਕ ਆਫਟਰ ਕੀਤਾ ਜਾਏਗਾ, ਤਾਂ ਬੜੇ ਮਜ਼ਾਕ ਦੇ ਵਿੱਚ ਕਹਿੰਦੀ ਕਿ ਤੁਸੀਂ ਤਾਂ ਬਹਾਦਰ ਕੌਮ ਆ, ਲੜਾਕੂ ਕੌਮ ਆ, ਯੋਧਿਆਂ ਦੀ ਕੌਮ ਹੈ, ਤੁਹਾਨੂੰ ਆਪਣੇ ਹੱਕਾਂ ਦਾ ਕਿਉਂ ਫਿਕਰ ਹੈ, ਤੁਸੀਂ ਤਾਂ ਲੜ ਕੇ ਵੀ ਲੈ ਸਕਦੇ ਹੋ ਜੀ। ਦੇਖੋ ਸਾਨੂੰ ਹਰ ਪਾਸੇ ਤੋਂ ਘੇਰਿਆ ਜਾ ਰਿਹਾ ਅਤੇ ਸਾਡੀ ਲੀਡਰਸ਼ਿਪ ਮੈਂ ਕਹਾਂਗਾ ਬਿਲਕੁਲ ਸੁੱਤੀ ਪਈ ਹੈ, ਉਹ ਉਹਨਾਂ ਨੂੰ ਸਿਰਫ ਆਪਣੀਆਂ ਰੋਟੀਆਂ ਸੇਕਣ ਤੋਂ ਇਲਾਵਾ ਕੋਈ ਪੰਥ ਦੀ ਚਿੰਤਾ ਨਹੀਂ ਹੈਗੀ। ਸਾਡਾ ਜਿਹੜਾ ਪਰਸਨਲ ਏਜੰਡਾ ਇਸ ਵੇਲੇ ਉਹ ਬਿਲਕੁਲ ਸਿਖਰ 'ਤੇ ਹੈ, ਜਿਹੜਾ ਪੰਥਕ ਏਜੰਡਾ ਹੈ ਉਹ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਉਹ ਵਾਹਿਗੁਰੂ ਦੇ ਹੱਥ ਹੈ, ਜੋ ਉਹ ਲੌਂਗ ਰਨ ਦੇ ਵਿੱਚ ਤਾਂ ਇਹਦੇ ਵਿੱਚੋਂ ਬੜਾ ਚੜ੍ਹਦੀ ਕਲਾ ਦੇ ਵਿੱਚ ਨਿਕਲ ਕੇ ਆਏਗਾ, ਪਰ ਇਸ ਵੇਲੇ ਜੋ ਹਾਲਾਤ ਹੈ, ਜੋ ਸਫਰਿੰਗ ਹੈ ਆਪਣੀ ਪੰਜਾਬ ਦੀ ਸਫਰਿੰਗ ਹੈ, ਸਿੱਖ ਫਾਰਮਰਸ ਦੀ ਸਫਰਿੰਗ ਲੈ ਲਓਗੇ, ਉਹ ਇਸ ਵੇਲੇ ਸਹਿਣ ਕਰਨ ਦੇ ਯੋਗ ਨਹੀਂ ਹੈ ਜੀ। ਜੇ ਸਾਰੇ ਹਾਲਾਤਾਂ ਦੇ ਵਿੱਚੋਂ ਜੇ ਕੋਈ ਸੰਸਥਾ ਇਹਨਾਂ ਹਾਲਾਤਾਂ ਦੇ ਨਾਲ ਜੂਝ ਰਹੀ ਹੈ ਉਹ ਹੈ ਕਲਗੀਧਰ ਟਰੱਸਟ ਬੜੂ ਸਾਹਿਬ ਜੀ, ਜਿਨ੍ਹਾਂ ਨੇ ਇੱਕ ਬਹੁਤ ਹੀ ਤਕੜੇ ਮਿਸ਼ਨ 'ਤੇ ਪਹਿਰਾ ਦਿੱਤਾ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਆਪਣੀ ਪੂਰੀ ਲਾਈਫ ਪੰਥ ਲਈ ਸਮਰਪਿਤ ਪੰਥ ਨੂੰ ਸੈਕਰੀਫਾਈਸ ਕਰ ਦਿੱਤੀ। ਸੰਤ ਤੇਜਾ ਸਿੰਘ ਜੀ ਨੇ ਆਪਣੀ ਕੋਈ ਨਿੱਜੀ ਪ੍ਰੋਪਰਟੀ, ਸੰਤ ਅਤਰ ਸਿੰਘ ਜੀ ਨੇ ਆਪਣੀ ਕੋਈ ਨਿੱਜੀ ਪ੍ਰੋਪਰਟੀ ਨਹੀਂ ਬਣਾਈ, ਇੱਕ ਇੱਕ ਪਲ ਪੰਥ ਦੇ ਨਾਂ ਲੇਖੇ ਦਾਤਾ। ਇਸੇ ਤਰ੍ਹਾਂ ਜਿਹੜੇ ਹੁਣ ਸਾਡੇ ਪ੍ਰਧਾਨ ਨੇ ਕਲਗੀਧਰ ਟਰੱਸਟ ਦੇ ਬਾਬਾ ਇਕਬਾਲ ਸਿੰਘ ਜੀ ਜੀ, ਉਹਨਾਂ ਨੇ ਇੱਕ ਪੈਨੀ ਦੀ ਆਪਣੀ ਪਰਸਨਲ ਪ੍ਰੋਪਰਟੀ, ਜੋ ਆਪਣੀ ਪ੍ਰੋਪਰਟੀ ਵੀ ਪੂਰੇ ਆਪਣੇ ਟਰੱਸਟ ਨੂੰ ਦੇ ਕੇ ਇੱਕ ਇੱਕ ਸਾਹ ਪੰਥ ਦੇ ਲੇਖੇ ਲਾਇਆ ਜੀ, ਕਰਕੇ ਲਾਇਆ ਕਿ ਉਹ ਸਿੱਖੀ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਵਾਸਤੇ, ਕਿ ਜਿਹੜੇ ਪਿੰਡਾਂ ਦੇ ਵਿੱਚ ਐਜੂਕੇਸ਼ਨ ਦਾ ਕਮੀ ਹੈ, ਪਿੰਡਾਂ 'ਚ ਜਾ ਕੇ ਅਕੈਡਮੀਆਂ ਖੋਲੀਆਂ, ਅਕੈਡਮੀਆਂ ਨਹੀਂ ਖੋਲੀਆਂ, ਅਤੇ ਜਿਹੜਾ ਸਿੱਖੀ ਏਜੰਡਾ ਨਾਲ ਰੱਖਿਆ ਕਿ ਇੱਕ ਸਿੱਖ ਪਰਿਵਾਰ ਹੈ। ਦੇਖੋ ਸਿੱਖ ਜਿਹੜੇ ਹੈ ਨਾ, ਉਹ ਕਿਸੇ ਨੂੰ ਵੀ ਕਨਵਰਜਨ ਦੇ ਵਿੱਚ ਅਸੀਂ ਬਿਲੀਵ ਨਹੀਂ ਕਰਦੇ, ਅਸੀਂ ਇੰਨਾ ਬਿਲੀਵ ਕਰਦੇ ਹਾਂ ਕਿ ਹਾਂ ਭਾਈ ਤੁਸੀਂ ਕ੍ਰਿਸਚੀਅਨ ਹੋ ਤਾਂ ਆਓ ਚੱਲੀਏ, 10 ਕਦਮ ਨਾਲ ਚੱਲੋ ਅਤੇ ਪਤਾ ਲੱਗ ਜਾਏਗਾ ਸਿੱਖ ਕੌਣ ਹੈ ਅਤੇ ਕ੍ਰਿਸਚੀਅਨ ਕੌਣ ਹੈ ਜੀ। ਹਿੰਦੂ ਹੈ ਅਸੀਂ ਬੜੀ ਕਹਿੰਦੇ ਹਾਂ ਭਾਈ 10 ਕਦਮ ਇਕੱਠੇ ਚੱਲੀਏ, ਸਭ ਕੁਛ ਸਾਰਿਆਂ ਨੂੰ ਚਾਨਣਾ ਹੋ ਜਾਏਗਾ, ਮੁਸਲਿਮ ਹੈ ਆ ਜਾਓ 10 ਕਦਮ ਇਕੱਠੇ ਚੱਲੀਏ ਜੀ ਜੀ। ਇੱਥੇ ਸਵਾਲ ਆ ਜਾਂਦਾ ਕਿ ਜੇ ਸਾਡੇ ਘਰ ਦੇ ਵਿੱਚ ਇਹ ਨਾ ਸਿੱਖੀ ਬਚੀ ਜੀ, ਅਤੇ ਅਸੀਂ ਦੂਸਰਿਆਂ ਨੂੰ ਕਿੱਥੋਂ ਅਸੀਂ ਕਿਸੇ ਨੂੰ ਚੈਲੰਜ ਕਰਨਾ ਜਾਂ ਕਿਸੇ ਨੂੰ ਪਾ ਕੇ ਨਾਲ ਲੈ ਕੇ ਚੱਲਣਾ ਜੀ। ਇੱਕ ਇਹ ਮਿਸ਼ਨ ਹੈ ਘਰ ਦੇ ਵਿੱਚ ਸਿੱਖੀ ਬਚਾਉਣ ਦਾ, ਕਿ ਜਿਹੜਾ ਬੱਚਾ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ, ਜੇ ਅਸੀਂ ਉਹਨੂੰ ਇਹੋ ਹੀ ਨਹੀਂ ਮਹੱਤਤਾ ਦੱਸ ਸਕੇ ਕਿ ਸਾਡੇ ਸਾਡੇ ਗੁਰੂ ਕਿਹੜੀ ਚੀਜ਼ ਨੂੰ ਲਾਇਕ ਕਰਦੇ ਨੇ ਜੀ ਜੀ। ਜੇ ਦੇਖੋ ਤੁਸੀਂ ਆ ਬਾਲੀਵੁੱਡ ਦੀਆਂ ਲਵ ਸਟੋਰੀ ਦੇਖਦੇ ਆ, ਫਿਲਮਾਂ ਦੇਖਦੇ ਆ, ਉਹ ਕਿਸੇ ਨੇ ਤੁਹਾਨੂੰ ਪਿਆਰ ਦੇ ਵਿੱਚ ਕੋਈ ਫੁੱਲ ਦਿੰਦਾ, ਕੋਈ ਰੁਮਾਲ ਦਿੰਦਾ, ਤੁਸੀਂ ਜ਼ਿੰਦਗੀ ਭਰ ਉਹ ਨਿਸ਼ਾਨੀ ਸਾਂਭ ਕੇ ਰੱਖਦੇ ਹੋ ਜੀ ਜੀ, ਕਿ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਨਿਸ਼ਾਨੀ ਨੂੰ ਅਸੀਂ ਕਿਸ ਤਰ੍ਹਾਂ ਰੋੜ ਰਹੇ ਹਾਂ। ਇਹ ਦਿਲ ਰੋਂਦਾ, ਦੇਖ ਕੇ ਦਿਲ ਰੋਂਦਾ ਕਿ ਯਾਰ ਸਾਡੀ ਪੂਰੀ ਕੌਮ ਦੇ ਵਿੱਚੋਂ ਇਹ 10% ਵੀ ਨਹੀਂ ਏਜੰਡਾ ਰਹਿ ਗਿਆ ਸਾਡਾ, ਸਿੱਖੀ ਸਰੂਪ 'ਚ ਰਹਿਣ ਦਾ, ਨਿਤਨੇਮ ਕਰਨ ਦਾ, ਸ਼ਬਦ ਗੁਰੂ ਨਾਲ ਜੁੜਨ ਦਾ, ਅਸੀਂ ਆਪਣਾ ਜਿਹੜਾ ਦਸਵੰਧ ਹੈ ਤਨ ਮਨ ਧਨ ਦਾ ਦਸਵੰਧ ਉਹ ਲਾ ਹੀ ਨਹੀਂ ਰਹੇ ਇਸ ਪਾਸੇ ਜੀ। ਜਿੱਥੇ ਇਸ ਸੰਸਥਾ ਦੀ ਕੰਟਰੀਬਿਊਸ਼ਨ ਹੈ ਉਹ ਕਿਸੇ ਦੇ ਕਿਸੇ ਤੋਂ ਛੁਪੀ ਹੋਈ ਨਹੀਂ ਹੈ, ਕਿ ਜਿਹੜੇ ਬੱਚੇ ਇਸ ਸੰਸਥਾ ਦੇ ਵਿੱਚੋਂ ਨਿਕਲਦੇ ਨੇ ਜੀ, ਉਹਨਾਂ ਦਾ ਡਿਸਿਪਲਿਨ ਬਿਲਕੁਲ ਟਫ ਹੈ, ਕਿ ਤੁਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਤੁਸੀਂ ਨਿਤਨੇਮ ਜ਼ਰੂਰ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਜੀ। ਪਰ ਇਹ ਹੈ ਕਿ ਜਿੱਥੇ ਅਸੀਂ 100% ਇਹੋ ਅਚੀਵਮੈਂਟ ਸਕੂਲਾਂ ਦੇ ਵਿੱਚ ਰੱਖੀ ਹੋਈ ਹੈ ਕਿ ਇੱਕ ਬੱਚਾ ਵੀ ਕਤਲ ਕਰਾ ਦੇ ਤਾਂ ਉਹ ਸਕੂਲ 'ਚੋਂ ਐਕਸਪੈਲ ਕਰ ਦਿੰਦਾ ਉਹਨੂੰ ਜੀ। ਸੋ ਇੰਨਾ ਸਟ੍ਰਿਕਟ ਡਿਸਿਪਲਿਨ ਲਾ ਕੇ ਅਸੀਂ ਜਦੋਂ 10+2 ਜਾਂ ਇੱਥੇ ਦੇ ਏ ਲੈਵਲ ਦੇ ਹਿਸਾਬ ਨਾਲ 13 ਸਾਲ ਤੱਕ ਉਹ 13 ਸਾਲ ਜਿਹੜੀ ਸਕੂਲ ਦੀ ਪੜ੍ਹਾਈ ਹੈ, ਬੱਚਾ ਜਦੋਂ ਨਿਕਲਦਾ 16-17-18 ਸਾਲ ਦੀ ਉਮਰ ਦੇ ਵਿੱਚ ਜੀ, ਅਤੇ ਉਹ ਅਸੀਂ ਇੱਕ 100% 10% ਦੇ ਡਿਸਿਪਲਿਨ ਤੋਂ, ਜਿਹੜਾ ਅਸੀਂ ਪੂਰੀ ਕੌਮ ਦੇ 10% ਤੋਂ ਅਸੀਂ 100% 'ਤੇ ਲੈ ਜਾਂਦੇ ਹਾਂ, ਅਤੇ 100% ਦੇ ਵਿੱਚੋਂ ਫਿਰ ਵੀ 5-10% ਜਿਹੜੇ ਕੱਚੇ ਪਿੱਲੇ ਝੜ ਜਾਂਦੇ ਨੇ, ਕਿ 90% ਅਸੀਂ 10% ਤੋਂ ਆਪਣਾ ਜਿਹੜਾ ਅਚੀਵਮੈਂਟ ਲੈਵਲ ਹੈ 90% ਤੱਕ ਲਿਜਾ ਰਹੇ ਹਾਂ ਇਹੋ ਮਿਸ਼ਨ ਜੀ 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 ਜੀ।
ਹੁਣ ਐਡੀ ਬੜੀ ਇਨਫਰਾਸਟ੍ਰਕਚਰ ਜੇ ਅਸੀਂ ਕ੍ਰੀਏਟ ਕੀਤੀ ਹੈ ਬਾਬਾ ਜੀ ਨੂੰ ਬਹੁਤ ਬਹੁਤ ਸਾਡਾ ਤੇ ਸਿਰ ਝੁਕਦਾ ਉਹਨਾਂ ਦੇ ਅੱਗੇ ਜਿਹੜੀਆਂ ਤਿੰਨ ਇੰਨੀਆਂ ਮਹਾਨ ਹਸਤੀਆਂ ਖਾਲਸਾ ਪੰਥ ਨੂੰ ਜੀ ਉਹਨਾਂ ਦੀ ਦੇਣ ਹੈ ਉਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਸੰਤ ਅਤਰ ਸਿੰਘ ਜੀ ਮਹਾਰਾਜ ਫਿਰ ਸੰਤ ਤੇਜਾ ਸਿੰਘ ਜੀ ਅਤੇ ਬਾਬਾ ਇਕਬਾਲ ਸਿੰਘ ਜੀ ਸਾਡਾ ਸਿਰਫ ਇੰਨਾ ਹੀ ਫਰਜ਼ ਬਣਦਾ ਮੈਂ ਤਾਂ ਕਹਿੰਦਾ ਸੰਗਤਾਂ ਅੱਗੇ ਫਿਰ ਹਰ ਪ੍ਰੋਗਰਾਮ 'ਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹੋ ਕਿ ਤੁਸੀਂ ਆਪਣਾ ਦਸਵੰਧ ਜਿੱਥੇ ਵੀ ਦਿੰਦੇ ਹੋ ਮੁਬਾਰਕ ਤੁਹਾਨੂੰ ਉਹ ਚੈਰਿਟੀਆਂ ਮੁਬਾਰਕ ਪਰ ਆਪਣੇ ਦਸਵੰਧ ਦੇ ਵਿੱਚੋਂ ਇੱਕ ਗੁਰਸਿੱਖ ਬੱਚੇ ਦੀ ਪੜ੍ਹਾਈ ਵਾਸਤੇ ਤੁਸੀਂ ਜਿਹੜਾ ਉਹਨਾਂ ਦਾ ਐਜੂਕੇਸ਼ਨ ਦਾ ਖਰਚਾ ਆ ਕਿਉਂਕਿ ਜਿਹੜੀ ਐਜੂਕੇਸ਼ਨ ਭਾਵੇਂ ਸਕੂਲ ਪਿੰਡਾਂ ਦੇ ਵਿੱਚ ਨੇ ਐਜੂਕੇਸ਼ਨ ਇੰਟਰਨੈਸ਼ਨਲ ਲੈਵਲ ਦੀ ਹੈ ਜੀ ਉਹ ਪਿੰਡਾਂ ਵਾਲਾ ਬੱਚਾ ਉੱਥੋਂ ਪੜ੍ਹ ਕੇ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਉਹ ਕੈਨੇਡਾ ਜਾ ਸਕਦਾ ਉਹ ਇੰਗਲੈਂਡ ਆ ਸਕਦਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਜਾ ਕੇ ਇੰਟਰਨੈਸ਼ਨਲ ਲੈਵਲ 'ਤੇ ਉਹ ਕੰਪੀਟ ਕਰਕੇ ਇੱਕ ਗੁਰਸਿੱਖ ਦੇ ਰੂਪ ਦੇ ਵਿੱਚ ਜਦੋਂ ਸਾਰੀ ਦੁਨੀਆ 'ਚ ਵਿਚਰੇਗਾ ਉਹ ਸਾਡਾ ਸਹੀ ਇੱਕ ਸਿੱਖੀ ਦਾ ਪ੍ਰਚਾਰ ਹੋਏਗਾ ਕਿਉਂਕਿ ਸਿੱਖੀ ਦਾ ਪ੍ਰਚਾਰ ਇੱਕ ਇਹ ਕਿਤਾਬੀ ਪ੍ਰਚਾਰ ਨਹੀਂ ਹੈ ਇਹ ਅਮਲੀ ਪ੍ਰਚਾਰ ਹੈ ਜੀ ਜੇ ਗੁਰੂ ਸਾਹਿਬਾਂ ਨੇ ਕਰਕੇ ਦਿਖਾਇਆ ਕਿ ਇਕੱਲਾ ਪ੍ਰਚਾਰ ਨਹੀਂ ਗੱਲਾਂ ਬਾਤਾਂ ਨਾਲ ਨਹੀਂ ਉਹਨੇ ਕਰਕੇ ਹਰ ਇੱਕ ਮੁਸ਼ਕਲ ਨੂੰ ਹੰਢਾ ਕੇ ਦੱਸਿਆ ਵੀ ਇਹ ਸਿੱਖੀ ਜੀ ਇਹ ਜਿਹੜਾ ਗੁਰਸਿੱਖੀ ਦਾ ਸਾਡਾ ਜੋ ਫਲਸਫਾ ਕਲਕੀਤਾ ਟਰੱਸਟ ਲੈ ਕੇ ਚੱਲੇ ਨੇ ਸੰਗਤਾਂ ਅੱਗੇ ਹੱਥ ਜੋੜ ਕੇ ਇਹੋ ਹੀ ਬੇਨਤੀ ਹੈ ਕਿ ਆਪ ਜੀ ਨੇ ਬਹੁਤ ਸਹਿਯੋਗ ਕੀਤਾ ਜਦੋਂ ਦਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਆਪਣੇ ਇੱਥੇ ਇੰਗਲੈਂਡ ਦੇ ਵਿੱਚ 700-800 ਤੋਂ ਦੇ ਆਸ ਪਾਸ ਬੱਚੇ ਸਪੋਂਸਰ ਹੋ ਚੁੱਕੇ ਨੇ ਜੀ ਜੋ ਕਿ ਮੈਂ ਕਹਿੰਦਾ ਇੱਕ ਬਹੁਤ ਹੀ ਇੱਕ ਵੱਡਾ ਪੁੰਨ ਹੈ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਇੱਕ ਪਾਸੇ ਤੁਸੀਂ 100 ਮੰਦਰ ਸੋਨੇ ਦੇ ਬਣਾ ਦਿਓ ਦੂਸਰੇ ਪਾਸੇ ਇੱਕ ਗੁਰਸਿੱਖ ਨੂੰ ਇੱਕ ਗੁਰਬਾਣੀ ਦਾ ਸ਼ਬਦ ਸਿਖਾ ਦਿਓ ਇਹ ਪੁੰਨ ਬਰਾਬਰ ਹੈ ਅਤੇ ਤੁਸੀਂ ਤਾਂ ਉਹ 13 ਸਾਲ ਬੱਚੇ ਨੇ ਨਿਤਨੇਮ ਕਰਨਾ 13 ਸਾਲ ਦੇ ਵਿੱਚ ਉਹਨੀ ਸਹਿਜ ਪਾਠੀ ਬਣਨਾ ਉਹਨੀ ਅਖੰਡ ਪਾਠੀ ਬਣਨਾ ਅਤੇ ਫਿਰ ਇੱਕ ਗੁਰਸਿੱਖ ਦਾ ਜੀਵਨ ਪੂਰੀ ਲਾਈਫ ਇਸ ਦੁਨੀਆ ਦੇ ਵਿੱਚ ਇੱਕ ਸਮਾਜ ਨੂੰ ਇੱਕ ਮਹਿਕ ਦਾ ਸਮਾਜ ਕ੍ਰੀਏਟ ਕਰਨਾ ਐਡਾ ਵੱਡਾ ਪੁੰਨ ਹੈ ਕਿ ਅਸੀਂ ਆਪਣੇ ਕੀ ਅਸੀਂ ਦਸਵੰਧ ਦੇ ਵਿੱਚੋਂ 30 ਪਾਉਂਡ ਮਹੀਨੇ ਦੇ ਇੱਕ ਬੱਚੇ ਦੀ ਪੜ੍ਹਾਈ ਵਾਸਤੇ ਨਹੀਂ ਦੇ ਸਕਦੇ ਜੀ ਤੋ ਇਹ ਸੰਗਤਾਂ ਦੇ ਅੱਗੇ ਸਾਡਾ ਤਾਂ ਇਹੋ ਹੀ ਸੇਵਾ ਸਮਝ ਲਓ ਇਹੋ ਹੀ ਫਰਜ਼ ਸਮਝ ਲਓ ਕਿ ਅਸੀਂ ਤਾਂ ਇਹ ਮਤਲਬ ਇੱਕ ਜੋ ਪ੍ਰੈਕਟੀਕਲ ਸਲਿਊਸ਼ਨ ਹੈ ਇਸ ਵੇਲੇ ਹਰ ਇੱਕ ਪ੍ਰੋਬਲਮ ਦਾ ਪ੍ਰੈਕਟੀਕਲ ਸਲਿਊਸ਼ਨ ਹੈ ਐਜੂਕੇਸ਼ਨ ਜੀ ਅਤੇ ਐਜੂਕੇਸ਼ਨ ਦਾ ਮਤਲਬ ਹੀ ਸ਼ਬਦ ਗੁਰੂ ਦਾ ਮਤਲਬ ਹੀ ਐਜੂਕੇਸ਼ਨ ਹੈ ਜੀ ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਆ ਉਹਦਾ ਵਿਸ਼ਲੇਸ਼ਣ ਕਰਨਾ ਉਹਦੀ ਐਨਾਲਿਸਿਸ ਕਰਕੇ ਅਮਲੀ ਰੂਪਾਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਉਹਨੂੰ ਲੈ ਕੇ ਸਮਾਜ ਦੇ ਵਿੱਚ ਵਿਚਰਨਾ ਇੱਕ ਬਹੁਤ ਵੱਡਾ ਚੈਲੰਜ ਹੈ ਅਤੇ ਇਸ ਚੈਲੰਜ ਦੇ ਉੱਤੇ ਜੇ ਅਸੀਂ ਕਹੀਏ ਕਿ ਸਾਡੀਆਂ ਸਿੱਖ ਜਥੇਬੰਦੀਆਂ ਕੰਮ ਕਰ ਰਹੀਆਂ ਲੀਡਰਸ਼ਿਪ ਕੰਮ ਕਰ ਰਹੀ ਹੈ ਉਹ ਮੈਨੂੰ ਨਹੀਂ ਦਿਸ ਰਹੀ ਜੀ ਹਾਂ ਅਤੇ ਜੋ ਕਲਗੀਧਰ ਟਰੱਸਟ ਦਾ ਯੋਗਦਾਨ ਹੈ ਇਹ ਤਾਂ ਮੈਂ ਕਹਿੰਦਾ ਸਾਡੇ ਲਈ ਗੋਲਡਨ ਓਪਰਚੁਨਿਟੀ ਹੈ ਕਿ ਜੇ ਪੰਜਾਬ ਇਸ ਵੇਲੇ ਅੱਧਾ ਪੰਜਾਬ 6,500 ਪਿੰਡ ਨੂੰ ਐਕਸੈਸ ਹੈ ਅਕਾਲ ਅਕੈਡਮੀ 'ਚ ਆਪਣੇ ਬੱਚੇ ਭੇਜ ਸਕਦੇ ਨੇ ਜੀ ਜੀ 13,000 ਪਿੰਡ ਦਾ ਮਤਲਬ ਹੈ ਕਿ ਜੀ ਸਾਰੇ ਪੰਜਾਬ ਨੂੰ ਅਸੀਂ ਅਕਾਲ ਅਕੈਡਮੀਆਂ ਦੇ ਨੈੱਟਵਰਕ ਨਾਲ ਸੈਚੂਰੇਟ ਕਰ ਦਈਏ 500 ਸਕੂਲ ਚਾਹੀਦੇ ਨੇ ਬਾਬਾ ਜੀ ਤਾਂ ਇਹ ਕਹਿੰਦੇ ਨੇ ਕਿ ਮੇਰਾ ਏਜੰਡਾ ਹੈ ਆਪਣਾ ਨੈੱਟਵਰਕ ਫੈਲਾਉਣ ਦਾ ਨਹੀਂ ਮੇਰਾ ਏਜੰਡਾ ਸਿੱਖੀ ਦਾ ਹੈ ਤੁਸੀਂ ਇਸੀ ਪੈਟਰਨ ਦੇ ਉੱਤੇ SGPC ਵਾਲੇ ਖੋਲ੍ਹ ਦੇਣ ਜਾਂ ਹੋਰ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆ ਉਹ ਆਪਣੇ 2-2, 4-4 ਸਕੂਲ ਖੋਲ੍ਹ ਦੇਣ ਜਿਹੜਾ ਸਾਡਾ ਇੱਕ ਬੇਸਿਕ ਇਖਲਾਕੀ ਫਰਜ਼ ਹੈ ਕਿ ਬੱਚਿਆਂ ਨੂੰ ਅਸੀਂ ਸਿੱਖੀ ਦੇ ਨਾਲ ਜੋੜਨਾ ਜੇ ਬਚਪਨ ਦੇ ਵਿੱਚ ਨਹੀਂ ਜੋੜਾਂਗੇ ਜੇ ਬਚਪਨ 'ਚ ਉਹ ਸਿੱਖਿਆ ਅਸੀਂ ਨਹੀਂ ਦੇ ਸਕੇ ਅਤੇ ਫਿਰ ਤਾਂ 17-18 ਸਾਲ ਤੋਂ ਬਾਅਦ ਟੀਨਏਜ ਤੋਂ ਬਾਅਦ ਤਾਂ ਤੁਸੀਂ ਭੁੱਲ ਜਾਓ ਫਿਰ ਆਪਣੇ ਆਪ ਹੀ ਐਕਸੀਡੈਂਟਲੀ ਸਿੱਖ ਬਣ ਜਾਣਗੇ ਤਾਂ ਬਣ ਜਾਣਗੇ ਜੀ ਜੀ ਸੋ ਇਹ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਅਸੀਂ ਹਰ ਵੀਕ ਇਸ ਦੇ ਉੱਤੇ ਗੱਲ ਕਰਦੇ ਹਾਂ ਅਤੇ ਸੰਗਤਾਂ ਅੱਗੇ ਫਿਰ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇੱਕ ਇੱਕ ਬੱਚਾ ਜ਼ਰੂਰ ਸਪੋਂਸਰ ਕਰੋ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਵੇਟ ਕਰ ਰਹੇ ਨੇ ਜਿਹਨਾਂ ਦਾ ਕਿ ਅਸੀਂ ਜੇ ਸੰਸਥਾ ਟੀਚਰਾਂ ਦੀ ਤਨਖਾਹ ਨਹੀਂ ਦੇ ਸਕਦੀ ਅਤੇ ਖਰਚੇ ਨਹੀਂ ਚੱਕ ਸਕਦੇ ਅਤੇ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਜਿੰਨੇ ਲੈ ਸਕਦੇ ਸੀ ਇਸ ਵੇਲੇ 130 ਅਕੈਡਮੀਆਂ 70,000 ਬੱਚਾ ਜੀ ਉਹਨਾਂ ਦੇ ਵਿੱਚੋਂ 30,000 ਜਿਹੜੇ ਇਸ ਤਰ੍ਹਾਂ ਕਨਸੈਸ਼ਨ ਦੇ ਵਿੱਚ ਕਿਸੇ ਦੀ ਅੱਧੀ ਫੀਸ ਮਾਫ਼ ਹੈ ਕਿਸੇ ਦੀ ਪੂਰੀ ਮਾਫ਼ ਹੈ ਜੀ ਕਿਸੇ ਦੇ ਜਿਹੜਾ ਜਿਸ ਤਰ੍ਹਾਂ ਹੁਣ ਹੈ ਫਾਰਮਰ ਸੁਈਸਾਈਡ ਦੇ ਬੱਚੇ ਹੋ ਗਏ ਕਿਸਾਨ ਅੰਦੋਲਨ ਦੇ ਵਿੱਚੋਂ ਜਿੰਨੇ ਬੱਚੇ ਆਉਣਗੇ ਉਹ ਸਾਰੇ ਬਿਲਕੁਲ ਫ੍ਰੀ ਹੋਣਗੇ ਜੀ ਇਹ ਜਿਹੜੇ ਚੈਲੰਜਸ ਸਾਡੇ ਲਈ ਅਨਲਿਮਿਟਿਡ ਚੈਲੰਜਸ ਨੇ ਉਹ ਚੈਲੰਜਸ ਅਸੀਂ ਤਾਂ ਹੀ ਮੀਟ ਕਰ ਸਕਦੇ ਹਾਂ ਜੇ ਸਾਰਾ ਸਿੱਖ ਜਗਤ ਆਪਣੇ ਪਰਸਨਲ ਏਜੰਡੇ ਛੱਡ ਕੇ ਕਿਉਂਕਿ ਸਾਡੀ ਪਰਸਨਲ ਕਮਿਟਮੈਂਟਸ ਆ ਕਿ ਹਾਂ ਹੁਣ 1 ਮਿਲੀਅਨ ਦਾ ਘਰ ਹੈ ਅਤੇ 2 ਮਿਲੀਅਨ ਦਾ ਲੈ ਲਓ 2 ਦਾ ਅਤੇ 4 ਦਾ ਲੈ ਲਓ ਇਹ ਕਹਾਣੀਆਂ ਤਾਂ ਮੁੱਕਣੀਆਂ ਨਹੀਂ ਜੀ ਬਿਲਕੁਲ ਹਾਂ ਅਤੇ ਨਾਲ ਤੁਸੀਂ ਆਪਣਾ ਜੇ ਦਸਵੰਧ ਇਸ ਪਾਸੇ ਲਾਈ ਜਾ ਰਹੇ ਹੋ ਤਾਂ ਫਿਰ ਭਾਵੇਂ ਤੁਸੀਂ 100 ਮਿਲੀਅਨ ਦੇ ਘਰ 'ਚ ਰਹੋ ਸਾਨੂੰ ਕੋਈ ਉਹਦਾ ਇਤਰਾਜ਼ ਨਹੀਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੀ ਬਿਲਕੁਲ ਇਹ ਤਾਂ ਇੱਕ ਬੜਾ ਸਿੰਪਲ
ਗੁਰੂ ਮਹਾਰਾਜ ਦਾ ਆਦੇਸ਼ ਹੈ ਕਿ ਇਹ ਜੇ ਬੜਾ ਕਲੀਅਰਲੀ ਦੱਸਿਆ ਕਿ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਜੀ ਜੀ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਮਨ ਲਾਇਆ ਜੀ ਬਿਨ ਨਾਮੇ ਜਗ ਕਮਲਾ ਫਿਰੇ ਜੀ ਤੇ ਇਹ ਬਿਨ ਨਾਮੇ ਜਗ ਕਮਲਾ ਫਿਰੇ ਵਾਲਾ ਹੀ ਕੰਮ ਹੈ ਕਿ ਇਹ ਜਿਹੜਾ ਕਮਲਾਪਨ ਹੈ ਨਾ ਇਹਦੇ ਵਿੱਚੋਂ ਨਿਕਲਣਾ ਇਹੋ ਹੀ ਹੈ ਕਿ ਜੇ ਮਮਤਾ ਜਿਹੜੀ ਮਾਇਆ ਦੀ ਪਕੜ ਹੈ ਨਾ ਜੀ ਮਾਇਆ ਦੀ ਪਕੜ 'ਚੋਂ ਬਾਹਰ ਆਉਣ ਦਾ ਤਰੀਕਾ ਇੱਕੋ ਹੀ ਹੈ ਕਿ ਆਪਣਾ ਜਦੋਂ ਠੀਕ ਹੈ ਬੜਾ ਚੰਗਾ ਲੱਗਦਾ ਸਾਨੂੰ ਅਸੀਂ ਰੋਜ਼ ਦਾ 1,000 ਪਾਉਂਡ ਕਮਾਉਂਦੇ ਹਾਂ ਜਾਂ ਅਸੀਂ ਵੀਕ ਦਾ ਕਮਾਉਂਦੇ ਹਾਂ ਜਾਂ ਮਹੀਨੇ ਦਾ ਕਮਾਉਂਦੇ ਹਾਂ ਜੀ ਜਦੋਂ ਵਿੱਚੋਂ 10% ਸਾਈਡ 'ਤੇ ਰੱਖਣਾ ਕਿ ਗੁਰੂ ਦਾ ਸਮਝ ਕੇ ਕਿ ਇਹ ਗੁਰੂ ਦੀ ਅਮਾਨਤ ਹੈ ਜੀ ਉਸ ਵੇਲੇ ਜਿਹੜਾ ਮਾਇਆ ਦੇ ਨਾਲੋਂ ਤੁਹਾਡਾ ਮੋਹ ਟੁੱਟਦਾ ਜੀ ਅਸਲੀ ਤੁਹਾਨੂੰ ਜੀਵਨ ਦੇ ਵਿੱਚ ਸੇਧ ਦੇ ਸਕਦਾ ਉਹੀ ਤੁਹਾਨੂੰ ਜੀਵਨ ਦੇ ਵਿੱਚ ਅਸਲੀ ਮੰਜ਼ਿਲ ਤੇ ਲਿਜਾ ਸਕਦਾ ਜੀ ਬਿਲਕੁਲ ਜੀ ਸਾਨੂੰ ਥੋੜਾ ਜਿਹਾ ਸੋਚਣਾ ਬਹੁਤ ਜ਼ਰੂਰੀ ਹੈ ਜੀ ਅਟਵਾਲ ਜੀ ਤੁਸੀਂ ਵੈਸੇ ਇਹ ਕਹਿ ਲਓ ਵੀ ਜਿਸ ਤਰ੍ਹਾਂ ਦੀ ਰੂਪ ਰੇਖਾ ਅੱਜ ਐਪੀਸੋਡ ਦੀ ਮੈਂ ਤਿਆਰ ਕੀਤੀ ਸੀਗੀ ਉਹਨਾਂ ਨਾਲੋਂ ਬਹੁਤ ਬਿਹਤਰ ਤੁਸੀਂ ਆਲਰੇਡੀ ਮੈਸੇਜਸ ਦਿੱਤੇ ਗੱਲਾਂ ਜਿਹੜੀਆਂ ਕੀਤੀਆਂ ਪੁਆਇੰਟ ਟੱਚ ਕੀਤੇ ਹੈਗੇ ਆ ਹਨਾ ਤੁਸੀਂ ਅੰਦੋਲਨ ਦੀ ਜਿਸ ਤਰ੍ਹਾਂ ਗੱਲ ਕੀਤੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਅਨਫੋਲਡ ਹੁੰਦਾ ਕਿਸ ਤਰ੍ਹਾਂ ਨਿਕਲਦਾ ਕਿਉਂਕਿ ਇੰਡੀਆ ਵਾਈਡ ਜਿਹੜਾ ਕਹਿ ਲਓ ਹੈ ਉਹ ਅੰਦੋਲਨ ਹੁਣ ਫੈਲ ਰਿਹਾ ਹੁਣ ਕਲਕੱਤੇ ਰੈਲੀਆਂ ਕਰਨ ਜਾ ਰਹੇ ਹੈਗੇ ਆ ਮਹਾਂ ਪੰਚਾਇਤਾਂ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਹੈਗੀਆਂ ਜੀ ਹਰੇਕ ਸਟੇਟ ਤੋਂ ਸਪੋਰਟ ਆਉਣੀ ਸ਼ੁਰੂ ਹੋ ਗਈ ਹੈ ਸੋ ਉਮੀਦ ਹੈ ਕਿ ਕਹਿ ਲਓ ਵੀ ਸਰਕਾਰ ਦੇ ਕੰਨਾਂ ਤੇ ਜੂ ਸਰਕੇਗੀ ਤੇ ਉਹ ਸਮਝਣਗੇ ਵੀ ਚਲੋ ਜਿਨ੍ਹਾਂ ਦੇ ਫਾਇਦੇ ਲਈ ਜੇ ਤੁਸੀਂ ਕਹਿੰਦੇ ਹੋ ਕਾਨੂੰਨ ਹੈਗੇ ਆ ਉਹਨਾਂ ਨੂੰ ਵੀ ਆਪਣਾ ਫਾਇਦਾ ਸਮਝ ਲੱਗੇਗਾ ਜੇਕਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਫਾਇਦਾ ਨਹੀਂ ਸਮਝ ਲੱਗ ਰਿਹਾ ਹਨਾ ਜੇਕਰ ਉਹ ਬਾਰ ਬਾਰ ਟੇਬਲ ਤੇ ਬਹਿ ਕੇ ਗੱਲ ਵੀ ਕਰ ਰਹੇ ਹੈਗੇ ਨੇ ਹਨਾ ਸੋ ਇਟ ਮੀਨਸ ਦੇ ਆਰ ਅਵੇਅਰ ਦੇ ਆਰ ਵੈਲ ਅਵੇਅਰ ਕਿ ਉਹਨਾਂ ਦਾ ਕਿੱਥੇ ਫਾਇਦਾ ਹੈ ਕਿੱਥੇ ਨਹੀਂ ਹੈ ਜੇਕਰ ਸਰਕਾਰ ਵੱਲੋਂ ਵੀ ਚਲੋ ਕੋਈ ਕਮੀਆਂ ਰਹਿ ਗਈਆਂ ਹੈਗੀਆਂ ਨੇ ਜਿਸ ਤਰ੍ਹਾਂ ਹੁਣ ਕਿਸਾਨਾਂ ਦੇ ਨਾਲ ਬੈਠ ਕੇ ਇਹ ਮਸਲਾ ਸੁਲਝਾਇਆ ਜਾਣਾ ਚਾਹੀਦਾ ਉਸ ਤਰ੍ਹਾਂ ਸੁਲਝਾ ਲੈਣਾ ਚਾਹੀਦਾ ਹੈ ਟਾਈਮ ਸਿਰ ਮੈਂ ਤਾਂ ਇਹ ਕਹਾਂਗਾ ਜੀ ਟਵਾਲ ਜੀ ਤੁਸੀਂ ਦੂਸਰੀ ਗੱਲ ਕੀਤੀ ਹੈ ਕਿ ਕਲਗੀ ਤੇ ਟਰੱਸਟ ਜਿਹੜਾ ਹੈ ਸ਼ੁਰੂ ਤੋਂ ਹੀ ਕਹਿ ਲਓ ਵੀ ਜਿਹੜੇ ਗਰੀਬ ਬੱਚੇ ਹੈ ਜਿਹੜੇ ਐਜੂਕੇਸ਼ਨ ਨਹੀਂ ਲੈ ਸਕਦੇ ਉਹਨਾਂ ਨੂੰ ਵਰਲਡ ਲੈਵਲ ਦੀ ਐਜੂਕੇਸ਼ਨ ਜੋ ਹੈ ਉਹ ਪ੍ਰੋਵਾਈਡ ਕਰ ਰਿਹਾ ਉਹ ਵੀ ਬਿਲਕੁਲ ਰਿਮੋਟ ਤੇ ਰੂਰਲ ਏਰੀਆਜ਼ ਦੇ ਵਿੱਚ ਹਨਾ ਜੀ ਸੋ ਤੁਹਾਡੀਆਂ ਇਹਨਾਂ ਜੋ ਅਪੀਲਸ ਨੇ ਉਹਨਾਂ ਨੂੰ ਆਈ ਥਿੰਕ ਪਿਛਲੇ ਜਦੋਂ ਤੋਂ ਅਸੀਂ ਐਪੀਸੋਡ ਸ਼ੁਰੂ ਕੀਤੇ ਹੈ ਬੂਰ ਪੈਂਦਾ ਆ ਰਿਹਾ ਮੈਂ ਉਮੀਦ ਕਰਦਾ ਅੱਗੇ ਵੀ ਸੰਗਤਾਂ ਤੁਹਾਨੂੰ ਸਾਡੇ ਦਰਸ਼ਕ ਤੁਹਾਨੂੰ ਸੁਣਨਗੇ ਤੁਹਾਡੀਆਂ ਗੱਲਾਂ ਤੇ ਵਿਚਾਰ ਕਰਨਗੇ ਤੇ ਹੋਰ ਬੂਰ ਪਏਗਾ ਤੁਹਾਡੀਆਂ ਆਸਾਂ ਤੇ ਤੁਹਾਡੀਆਂ ਉਮੀਦਾਂ ਨੂੰ ਤੇ ਅਟਵਾਲ ਜੀ ਤੁਸੀਂ ਡਿਸਿਪਲਨ ਦੀ ਗੱਲ ਕੀਤੀ ਕਿ ਡਿਸਿਪਲਨ ਜਦੋਂ ਅਸੀਂ ਛੋਟੇ ਹੁੰਦੇ ਸੀ ਸਕੂਲਾਂ ਦੇ ਵਿੱਚ ਡਿਸਿਪਲਨ ਥੋੜਾ ਜਿਹਾ ਸਖਤ ਹੁੰਦਾ ਸੀਗਾ ਸਾਨੂੰ ਚੰਗਾ ਸਾਨੂੰ ਵੀ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਬੱਚਿਆਂ ਨੂੰ ਡਿਸਿਪਲਨ ਥੋੜਾ ਘੱਟ ਹੀ ਪਸੰਦ ਹੈ ਪਰ ਖੈਰ ਪਰ ਉਹ ਜਿਹੜਾ ਉਹਨਾਂ ਦੇ ਫਿਊਚਰ ਦੀ ਬੈਟਰਮੈਂਟ ਹੈ ਪਰ ਜਿਸ ਤਰ੍ਹਾਂ ਦਾ ਪ੍ਰੋਡਕਟ ਉਹ ਬਣਾਉਣਾ ਚਾਹੁੰਦੇ ਹੈਗੇ ਹੈ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰਨ ਦੀ ਜਿਹੜੀ ਕੋਸ਼ਿਸ਼ ਕਲਗੀਧਰ ਟਰੱਸਟ ਕਰ ਰਿਹਾ ਉਹ ਕਿਉਂਕਿ ਉਹ ਬੱਚਿਆਂ ਦੇ ਮੈਂਟਲ ਲੈਵਲ ਤੋਂ ਉੱਪਰ ਦੀ ਗੱਲ ਹੁੰਦੀ ਹੈ ਉਸ ਵਕਤ ਉਹਨਾਂ ਨੂੰ ਸਮਝ ਲੱਗਣੀ ਔਖੀ ਹੁੰਦੀ ਹੈ ਪਰ ਜਦੋਂ ਉਹ ਚੀਜ਼ਾਂ ਇਨਕਲਕੇਟ ਹੋ ਜਾਂਦੀਆਂ ਪਰਮਾਨੈਂਟਲੀ ਇੱਕ ਬੰਦੇ ਦੀ ਨੇਚਰ ਦੇ ਵਿੱਚ ਉਹ ਫਿਰ ਬਾਅਦ ਵਿੱਚ ਉਹਨੂੰ ਸਾਰੀ ਜ਼ਿੰਦਗੀ ਬੜਾ ਮਾਣ ਹੁੰਦਾ ਉਹਨਾਂ ਚੀਜ਼ਾਂ 'ਤੇ ਕਿ ਆਹ ਚੀਜ਼ਾਂ ਮੇਰੇ 'ਚ ਨੈਚੁਰਲੀ ਜੇ ਕਹਿ ਲਓ ਵੀ ਹੁਣ ਆ ਗਈਆਂ ਤੇ ਉਹ ਉਸੇ ਤਰ੍ਹਾਂ ਨਿਰੰਤਰ ਚੱਲਦੀਆਂ ਰਹਿੰਦੀਆਂ ਕਿ ਬਿਹਤਰ ਸਮਾਜ ਬਣੇਗਾ ਅਟਵਾਲ ਜੀ ਅੱਜ ਦਾ ਐਪੀਸੋਡ ਜਿਹੜਾ ਹੈਗਾ ਸਾਨੂੰ ਹੁਣ ਇਹੀ ਇਸ਼ਾਰਾ ਕਰ ਰਿਹਾ ਕਿ ਘੜੀ ਵੱਲ ਦੇਖੋ ਤੇ ਸਮਾਂ ਜੋ ਹੈ ਉਹ ਖਤਮ ਹੋ ਰਿਹਾ ਅੱਜ ਦੇ ਐਪੀਸੋਡ ਦਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਵਡਮੁੱਲੀਆਂ ਗੱਲਾਂ ਕੀਤੀਆਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੇ ਐਪੀਸੋਡ ਦੇ ਵਿੱਚ ਜੁੜਨ ਦੇ ਲਈ ਤੇ ਅੱਗੇ ਇਸੇ ਤਰ੍ਹਾਂ ਅਸੀਂ ਲੜੀ ਜਾਰੀ ਰੱਖਾਂਗੇ ਅਗਲੇ ਐਪੀਸੋਡ ਦੇ ਵਿੱਚ ਵੀ ਸੋ ਦੋਸਤੋ ਤੁਸੀਂ ਦੱਸਣਾ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਫੀਡਬੈਕ ਆਪਣੇ ਉੱਤਰ ਸਾਡੇ ਤੱਕ ਜ਼ਰੂਰ ਭੇਜਣਾ ਕੋਈ ਪ੍ਰਸ਼ਨ ਹੋਇਆ ਤਾਂ ਵੀ ਬਿਲਕੁਲ ਨਾ ਝਿਜਕਣਾ ਸਾਡੇ ਤੱਕ ਜ਼ਰੂਰ ਭੇਜਣਾ ਸੋ ਆਪਣੇ ਹੋਸਟ ਬੱਬਲ ਮਟੌਰ ਨੂੰ ਦਿਓ ਜੀ ਇਜਾਜ਼ਤ ਅਟਵਾਲ ਸਾਹਿਬ ਆਓ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ